ਕਿਸੇ ਚੀਜ਼ ਨੂੰ ਖਾ ਕੇ ਨਾ ਤਾਂ ਇਹ ਰਿਜ਼ੋਲਵ ਹੋ ਸਕਦਾ ਤੇ ਨਾ ਹੀ ਇਹਦਾ ਕੋਈ ਇਹ ਕਹਿ ਸਕਦਾ ਕਿ ਕਾਰਨ ਕੋਰੋਨਾ ਵਾਇਰਸ ਉਸੇ ਚੀਜ਼ ਤੋਂ ਸਟਾਰਟ ਹੋਇਆ ਹੈਗਾ। ਖਾਣ ਪੀਣ 'ਚ ਕੀ ਪਰਹੇਜ਼ ਹੈ? ਹਾਂਜੀ ਦੇਖੋ, ਹੁਣ ਤਾਂ ਆ ਗਿਆ ਸਿਰ 'ਤੇ ਡੰਡਾ, ਹੁਣ ਤਾਂ ਸਾਰੇ ਡਰ ਗਏ ਕਿ ਹੁਣ ਕੀ ਖਾਈਏ ਕਿ ਜੇ ਆਪਾਂ ਬਚ ਜਾਈਏ। ਤੁਸੀਂ ਉਹਨਾਂ ਨੂੰ 1 ਲੀਟਰ ਪਾਣੀ ਦੇ ਵਿੱਚ 5 ml ਐਪਲ ਸਾਈਡਰ ਵਿਨੇਗਰ ਦੇ ਨਾਲ ਚੰਗੀ ਤਰ੍ਹਾਂ ਉਹਨਾਂ ਨੂੰ ਧੋਵੋ। ਇਹਨਾਂ 8 ਚੀਜ਼ਾਂ ਨੂੰ ਆਪਾਂ ਬੋਇਲ ਕਰ ਦੇਣਾ, ਥੋੜ੍ਹੀਆਂ ਥੋੜ੍ਹੀਆਂ ਚੀਜ਼ਾਂ ਜਿਵੇਂ 1-1 ਇੰਚ ਹੋ ਗਿਆ, ਬੰਦਾ ਜਿਵੇਂ ਭੇਡ ਚਾਲ ਪਿੱਛੇ ਲੱਗ ਜਾਂਦਾ। ਪਹਿਲਾਂ ਤਾਂ ਆਪਣੀ ਕਾਮਨ ਸੈਂਸ ਯੂਜ਼ ਕਰੋ ਕਿ ਤੁਹਾਡੀ ਬੋਡੀ ਕਿਸ ਚੀਜ਼ ਦੀ ਬਣੀ ਹੈ ਅਤੇ ਹਰ ਚੀਜ਼ ਨੂੰ ਇੱਕ ਪ੍ਰੋਪਰ ਰੂਟੀਨ ਦੇ ਵਿੱਚ ਬੈਲੈਂਸ ਤਰੀਕੇ ਨਾਲ ਖਾਣਾ ਸਿੱਖੋ। ਚਿਕਨ ਨਹੀਂ ਖਾਣਾ, ਇਹਦੇ ਬਾਰੇ ਕੀ ਸੱਚਾਈ ਹੈ? ਟਿਸ਼ੂ ਪੇਪਰ ਦਾ ਜਾਂ ਟੋਇਲਟ ਪੇਪਰ ਦਾ ਕੀ ਮਸਲਾ ਹੈ? ਸਾਡਾ ਜੁਗਾੜ ਵਾਲਾ ਸਿਸਟਮ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਵਧੀਆ ਰਹਿੰਦਾ ਕਿ ਪਾਣੀ ਨੂੰ ਆਪਾਂ ਯੂਜ਼ ਕਰੀਏ ਹਾਈਜੀਨਿਕ ਕੰਡੀਸ਼ਨ ਨੂੰ ਮੇਨਟੇਨ ਕਰਨ ਲਈ। ਕੋਰੋਨਾ ਵਾਇਰਸ ਨੂੰ WHO ਯਾਨੀ ਕਿ ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਭਰ ਦੇ ਵਿੱਚ ਮਹਾਂਮਾਰੀ ਵਜੋਂ ਐਲਾਨ ਦਿੱਤਾ ਹੈ। ਮਹਾਂਮਾਰੀ ਦਾ ਮਤਲਬ ਹੁੰਦਾ ਹੈ ਕਿ ਹੁਣ ਇਹ ਬਿਮਾਰੀ ਹੈ ਜਿਹੜੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਬੜੀ ਤੇਜ਼ੀ ਦੇ ਨਾਲ ਫੈਲੇਗੀ। ਭਾਰਤ ਦੇ ਵਿੱਚ ਵੀ ਇਸ ਦੇ ਅੱਜ ਤੱਕ ਨੇ ਜਿਹੜੇ 81 ਮਾਮਲੇ ਸਾਹਮਣੇ ਆ ਚੁੱਕੇ ਨੇ ਸ਼ੱਕੀ ਮਰੀਜ਼ਾਂ ਦੇ ਵਜੋਂ। ਸੋ ਬਹੁਤ ਸਾਰੀਆਂ ਅਫਵਾਹਾਂ ਵੀ ਉੱਡ ਰਹੀਆਂ ਨੇ ਕਿ ਇਹ ਖਾਣ ਨਾਲ ਕੋਰੋਨਾ ਵਾਇਰਸ ਹੁੰਦਾ ਹੈ, ਇਹ ਖਾਓਗੇ ਤਾਂ ਨਹੀਂ ਹੁੰਦਾ ਹੈ। ਹਾਲਾਂਕਿ ਇਸ ਦਾ ਇਲਾਜ ਨਹੀਂ ਲੱਭਿਆ ਜਾ ਸਕਿਆ, ਵਿਗਿਆਨੀ ਲੱਗੇ ਹੋਏ ਨੇ। ਚੀਨ ਦੇ ਵੁਹਾਨ ਸ਼ਹਿਰ ਦੀ ਮੱਛੀ ਮੰਡੀ ਦੇ ਵਿੱਚੋਂ ਇਹ ਜਿਹੜੀ ਬਿਮਾਰੀ ਨਿਕਲੀ ਹੈ, ਸੋ ਪਸ਼ੂਆਂ ਤੋਂ ਫੈਲੀ ਇਹ ਬਿਮਾਰੀ ਹੈ। ਵਿਗਿਆਨੀ ਵੀ ਟੈਸਟ ਕਰ ਰਹੇ ਨੇ ਜਾਨਵਰਾਂ ਦੇ ਉੱਤੇ, ਜਿਹੜੀ ਵੀ ਵੈਕਸੀਨੇਸ਼ਨ ਬਣਾਈ ਜਾ ਰਹੀ ਹੈ ਜਾਂ ਦਵਾਈਆਂ ਨੇ ਉਹਨਾਂ 'ਤੇ ਪਹਿਲਾਂ ਟੈਸਟ ਕੀਤੀਆਂ ਜਾ ਰਹੀਆਂ ਨੇ, ਪਰ ਹਾਲੇ ਤੱਕ ਇਸਦਾ ਕੋਈ ਇਲਾਜ ਨਹੀਂ ਹੈ। ਕੀ ਖਾਣਾ ਚਾਹੀਦਾ, ਕੀ ਨਹੀਂ ਖਾਣਾ ਚਾਹੀਦਾ, ਸਪੈਸ਼ਲੀ ਡਾਇਟ ਨੂੰ ਲੈ ਕੇ ਅਸੀਂ ਚੰਡੀਗੜ੍ਹ ਦੇ ਟ੍ਰਾਈ ਸਿਟੀ ਦੇ ਬੈਸਟ ਅਤੇ ਯੰਗੈਸਟ ਡਾਇਟੀਸ਼ੀਅਨ ਲਵਲੀਨ ਕੌਰ ਦੇ ਕੋਲ ਪਹੁੰਚੇ ਹਾਂ। ਲਵਲੀਨ ਜੀ, ਬਹੁਤ ਬਹੁਤ ਸਵਾਗਤ ਹੈ ਖਾਲਸ ਟੀਵੀ 'ਤੇ। ਬਹੁਤ ਸ਼ੁਕਰੀਆ ਜੀ, ਥੈਂਕ ਯੂ। ਸੋ ਸਭ ਤੋਂ ਪਹਿਲਾਂ ਇਹੀ ਆਪਾਂ ਜਾਣ ਲਈਏ ਕਿ ਮਿੱਥ ਕੀ ਨੇ। ਲਸਣ ਖਾਣ ਨਾਲ ਹੁੰਦਾ, ਪਿਆਜ਼ ਖਾਣ ਨਾਲ ਨਹੀਂ ਹੁੰਦਾ, ਜ਼ਿਆਦਾ ਪਾਣੀ ਪੀਣ ਨਾਲ, ਬਹੁਤ ਸਾਰਾ ਕੁਛ ਹੈ। ਚਿਕਨ ਨਹੀਂ ਖਾਣਾ ਚਾਹੀਦਾ ਜਾਂ ਫਿਰ ਸੂਪ ਹੈ ਜਿਹੜਾ ਉਹ ਨਹੀਂ ਪੀਣਾ ਚਾਹੀਦਾ। ਤੁਸੀਂ ਦੱਸੋ ਕਿ ਖਾਣ ਪੀਣ ਦੇ ਵਿੱਚ ਕੀ ਸੱਚ ਹੈ ਅਤੇ ਕੀ ਝੂਠ ਹੈ ਕੋਰੋਨਾ ਵਾਇਰਸ ਨੂੰ ਲੈ ਕੇ? ਦੇਖੋ, ਖਾਣ ਪੀਣ ਦੇ ਨਾਲ ਮੈਂ ਕੋਰੋਨਾ ਵਾਇਰਸ ਦਾ ਇਹ ਕਹਾਂਗੀ ਕਿ ਕੋਰੋਨਾ ਵਾਇਰਸ ਕਿਸੇ ਚੀਜ਼ ਨੂੰ ਖਾ ਕੇ ਨਾ ਤਾਂ ਇਹ ਰਿਜ਼ੋਲਵ ਹੋ ਸਕਦਾ ਅਤੇ ਨਾ ਹੀ ਇਹਦਾ ਕੋਈ ਇਹ ਕਹਿ ਸਕਦਾ ਕਿ ਕਾਰਨ ਕੋਰੋਨਾ ਵਾਇਰਸ ਉਸੀ ਚੀਜ਼ ਤੋਂ ਸਟਾਰਟ ਹੋਇਆ ਹੈਗਾ। ਜੇ ਤੁਸੀਂ ਬਹੁਤ ਸਾਲਾਂ ਤੋਂ ਮਤਲਬ ਆਪਣੀ ਲਾਈਫ ਦੇ ਵਿੱਚ ਬਹੁਤ ਇਮਿਊਨਿਟੀ ਬੂਸਟਿੰਗ ਚੀਜ਼ਾਂ ਖਾ ਰਹੇ ਹੋ, ਜਿਵੇਂ ਕਿ ਤੁਸੀਂ ਗਾਰਲਿਕ ਖਾ ਰਹੇ ਹੋ, ਅਨੀਅਨ ਖਾ ਰਹੇ ਹੋ, ਤਾਂ ਦੈਟ ਮੀਨਸ ਉਹ ਚੀਜ਼ ਤੁਹਾਨੂੰ ਕੈਚ ਨਹੀਂ ਕਰੇਗੀ, ਵਾਇਰਸ ਤੁਹਾਨੂੰ ਕੈਚ ਜਿਹੜਾ ਉਹ ਘੱਟ ਕਰੇਗਾ, ਮਤਲਬ ਚਾਂਸਸ ਘੱਟ ਹੋ ਜਾਂਦੇ ਆ। ਬਟ ਇਹ ਨਹੀਂ ਕਹਿ ਸਕਦੇ ਕਿ ਹੁਣ ਤੁਹਾਨੂੰ ਕੋਈ ਕੋਰੋਨਾ ਵਾਇਰਸ ਦਾ ਕੋਈ ਇਸ਼ੂ ਹੋਇਆ ਤਾਂ ਤੁਸੀਂ ਗਾਰਲਿਕ ਖਾਓਗੇ ਤਾਂ ਤੁਹਾਨੂੰ ਉਹ ਖਤਮ ਹੋ ਜਾਏਗਾ ਜਾਂ ਅਨੀਅਨ ਖਾਓਗੇ ਤਾਂ ਤੁਹਾਨੂੰ ਉਹ ਮਤਲਬ ਪ੍ਰੋਬਲਮ ਨਹੀਂ ਆਏਗੀ। ਤੇ ਤੁਸੀਂ ਆਪਣੀ ਡਾਇਟ ਦੇ ਵਿੱਚ ਹੀ ਕੋਈ ਬਹੁਤ ਇਮਿਊਨਿਟੀ ਬੂਸਟਰ ਚੀਜ਼ਾਂ ਰੱਖੀਆਂ ਹੋਈਆਂ ਨੇ, ਸ਼ੁਰੂ ਤੋਂ ਹੀ ਤੁਹਾਡੀ ਇਮਿਊਨਿਟੀ ਬਹੁਤ ਅੱਛੀ ਹੈਗੀ ਹੈ, ਤਾਂ ਇਹ ਚੀਜ਼ਾਂ ਤੁਹਾਡੇ ਲਈ ਕੰਮ ਆ ਰਹੀਆਂ ਨੇ। ਮਤਲਬ ਗਾਰਲਿਕ, ਅਨੀਅਨ ਹੋ ਗਿਆ, ਇਹ ਸਭ ਚੀਜ਼ਾਂ ਤੁਹਾਡੀ ਡਾਇਟ ਦਾ ਪਾਰਟ ਹੋਣਾ ਚਾਹੀਦਾ, ਇਹਦੇ ਨਾਲ ਪ੍ਰੀਵੈਂਸ਼ਨ ਜਿਹੜੀ ਹੈ ਉਹ ਕੀਤੀ ਜਾ ਸਕਦੀ, ਲੇਕਿਨ ਕਿਓਰ ਨਹੀਂ ਆਪਣੇ ਆਪ। ਯਾਨੀ ਕਿ ਲਸਣ ਪਿਆਜ਼ ਨੇ ਜਿਹੜੇ ਹਰ ਬਿਮਾਰੀ ਦੇ ਨਾਲ ਲੜਨ ਦੇ ਸਮਰੱਥ ਨੇ, ਕਹਿ ਸਕਦੇ ਹਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਨਾਂ 'ਚ ਉਹ ਇਨਜ਼ਾਈਮ ਇਨਜ਼ਮੈਟਿਕ ਰਿਐਕਸ਼ਨ ਹੁੰਦਾ ਹੈ ਕਿ ਸਾਡੀ ਬੋਡੀ ਦੇ ਵਿੱਚ ਉਹ ਐਂਟੀ ਇਨਫਲਾਮੇਟਰੀ ਹੁੰਦੇ ਆ, ਮਤਲਬ ਸਾਡੀ ਬੋਡੀ ਦੀ ਇਨਫਲਾਮੇਸ਼ਨ ਜਿਹੜੀ ਘੱਟ ਕਰਦੇ ਹੈਗੇ ਨੇ, ਸਾਡੀ ਇਮਿਊਨਿਟੀ ਨੂੰ ਵਧਾਉਂਦੇ ਹੈਗੇ ਨੇ। ਇਸ ਲਈ ਜੇ ਸਾਡੇ ਜਿਵੇਂ ਕਹਿੰਦੇ ਆ ਕਿ ਘਰ ਦਾ ਜਿਹੜਾ ਤੜਕਾ ਹੋਏਗਾ ਉਹ ਵੀ ਇੱਕ ਇਮਿਊਨਿਟੀ ਬੂਸਟਿੰਗ ਦਾ ਕੰਮ ਕਰਦਾ, ਭਾਵੇਂ ਉਹਦੇ ਵਿੱਚ ਟਰਮਰਿਕ ਆ ਜਾਂਦੀ ਹੈ, ਹਿੰਗ ਆ ਜਾਂਦੀ ਹੈ, ਇਹ ਸਭ ਚੀਜ਼ਾਂ ਕੀ ਹੁੰਦੀਆਂ ਸਾਨੂੰ ਇਮਿਊਨਿਟੀ ਨੂੰ ਬੂਸਟ ਕਰਦੀਆਂ। ਸੋ ਯਾਨੀ ਕਿ ਹੁਣ ਜਦੋਂ ਕੋਰੋਨਾ ਵਾਇਰਸ ਦਾ ਮਾਹੌਲ ਹੈ, ਬਹੁਤ ਪੈਨਿਕ ਲੋਕਾਂ ਦੇ ਵਿੱਚ ਕ੍ਰੀਏਟ ਹੋਇਆ ਹੋਇਆ, ਹੁਣ ਡਾਇਟ 'ਤੇ ਕਿਸ ਤਰੀਕੇ ਨਾਲ ਧਿਆਨ ਦੇਣ ਦੀ ਲੋੜ ਹੈ? ਲੋਕ ਕਹਿੰਦੇ ਕਿ ਬਾਹਰੋਂ ਸਬਜ਼ੀਆਂ ਵੀ ਨਹੀਂ ਲੈਣੀਆਂ। ਤੁਸੀਂ ਕਿਹਾ ਕਿ ਸ਼ੁਰੂ ਤੋਂ ਲੈ ਕੇ ਬਚਪਨ ਤੋਂ ਲੈ ਕੇ ਜਿੱਦਾਂ ਦੀ ਆਪਣੀ ਬੋਡੀ ਦਾ ਇਮਿਊਨ ਸਿਸਟਮ ਹੈ ਉਹ 'ਤੇ ਡਿਪੈਂਡ ਕਰਦੀ ਬਿਮਾਰੀ ਦਾ। ਸੋ ਹੁਣ ਖਾਣ ਪੀਣ 'ਚ ਕੀ ਪਰਹੇਜ਼ ਹੈ? ਹਾਂਜੀ ਦੇਖੋ, ਹੁਣ ਤਾਂ ਆ ਗਿਆ ਸਿਰ 'ਤੇ ਡੰਡਾ, ਹੁਣ ਤਾਂ ਸਾਰੇ ਡਰ ਗਏ ਕਿ ਹੁਣ ਕੀ ਖਾਈਏ ਕਿ ਜੇ ਆਪਾਂ ਬਚ ਜਾਈਏ। ਤਾਂ ਜੇ ਸ਼ੁਰੂ ਤੋਂ ਹੀ ਆਪਣੇ ਆਪ ਦੀ ਆਪਾਂ ਕੇਅਰ ਕਰਦੇ ਰਹਿੰਦੇ ਤਾਂ ਸ਼ਾਇਦ ਹੁਣ ਆਪਾਂ ਇੰਨੇ ਡਰਦੇ ਨਾ, ਇੰਨੇ ਆਪਾਂ ਪੈਨਿਕ ਨਾ ਹੁੰਦੇ। ਬਟ ਇਹ ਕਿ ਹੁਣ ਜੋ ਸਿਚੁਏਸ਼ਨ ਤੁਹਾਡੇ ਕੋਲ ਆ ਚੁੱਕੀ ਹੈ, ਆਪਾਂ ਹੁਣੇ ਤੋਂ ਹੀ ਆਪਣੇ ਆਪ ਨੂੰ ਆਪਣੀ ਪ੍ਰੀਵੈਂਸ਼ਨ ਰੱਖਣ ਲਈ ਸਾਨੂੰ ਇਮਿਊਨਿਟੀ ਬੂਸਟਰ ਚੀਜ਼ਾਂ ਸਾਡੀ ਡਾਇਟ ਵਿੱਚ ਹੋਣੀਆਂ ਬਹੁਤ ਜ਼ਰੂਰੀ ਨੇ। ਇਹਦੇ ਲਈ ਸਭ ਤੋਂ ਪਹਿਲਾਂ ਜਿਹੜਾ ਮੈਂ ਕੰਸਿਡਰ ਕਰਦੀ ਹਾਂ ਡਾਇਟ ਦੇ ਵਿੱਚ ਕੀ ਕੀ ਹੋਣਾ ਚਾਹੀਦਾ, ਸਾਨੂੰ ਫਰੂਟਸ ਅਤੇ ਵੈਜੀਟੇਬਲਸ
ਤੋਂ ਘਬਰਾਉਣਾ ਨਹੀਂ ਹੈ ਕਿ ਆਪਾਂ ਬਾਹਰੋਂ ਨਹੀਂ ਲੈ ਸਕਦੇ ਹਾਂ ਜਾਂ ਬਾਹਰੋਂ ਸਾਨੂੰ ਕੁਝ ਕੈਚ ਹੋ ਜਾਏਗਾ। ਜਦੋਂ ਵੀ ਫਰੂਟ ਐਂਡ ਵੈਜੀਟੇਬਲਸ ਘਰ 'ਚ ਆਉਣ, ਤੁਸੀਂ ਉਹਨਾਂ ਨੂੰ 1 ਲੀਟਰ ਪਾਣੀ ਦੇ ਵਿੱਚ 5 ml ਐਪਲ ਸਾਈਡਰ ਵਿਨੇਗਰ ਦੇ ਨਾਲ ਚੰਗੀ ਤਰ੍ਹਾਂ ਉਹਨਾਂ ਨੂੰ ਧੋਵੋ, ਉਸ ਤੋਂ ਬਾਅਦ ਹੀ ਉਹਨਾਂ ਨੂੰ ਯੂਜ਼ ਕਰਨਾ ਸਟਾਰਟ ਕਰੋ। ਵੈਸੇ ਤਾਂ ਰੋ ਵੈਜੀਟੇਬਲ ਜਿਵੇਂ ਕੱਚੀਆਂ ਚੀਜ਼ਾਂ ਹੁੰਦੀਆਂ ਸਾਡੀ ਇਮਿਊਨਿਟੀ ਨੂੰ ਬਹੁਤ ਅੱਛਾ ਬੂਸਟ ਕਰਦੀਆਂ ਨੇ, ਸੋ ਇਸ ਲਈ ਕੱਚੀਆਂ ਚੀਜ਼ਾਂ ਦੇ ਵਿੱਚ ਜਿਵੇਂ ਵਿਟਾਮਿਨ ਸੀ ਰਿਚ ਫਰੂਟਸ ਹੋ ਗਏ, ਉਹਨਾਂ ਦਾ ਸੇਵਨ ਕਰਨਾ, ਭਾਵੇਂ ਤੁਸੀਂ ਮਿਡ ਮਾਰਨਿੰਗ ਦੇ ਟਾਈਮ 'ਤੇ ਕਰੋ, ਸਵੇਰੇ ਕਰੋ, ਜਾਂ 4 ਵਜੇ ਤੋਂ ਪਹਿਲਾਂ ਵਾਲੇ ਟਾਈਮ 'ਤੇ ਫਰੂਟ ਦਾ ਇਨਟੇਕ ਜ਼ਰੂਰ ਰੱਖੋ। ਜ਼ਿੰਕ ਰਿਚ ਚੀਜ਼ਾਂ ਹੋ ਗਈਆਂ, ਰੋ ਵੈਜੀਟੇਬਲਸ ਦੇ ਵਿੱਚ ਸਾਡੇ ਕੈਰਟ, ਕੁਕੁੰਬਰ, ਬੀਟਰੂਟ, ਰੈਡਿਸ਼, ਇਹਨਾਂ ਸਭ ਚੀਜ਼ਾਂ ਦਾ ਇਨਟੇਕ ਆਪਾਂ ਲੈ ਸਕਦੇ ਹਾਂ। ਜੇ ਤੁਸੀਂ ਰੋ ਫਾਰਮ 'ਚ ਲਓਗੇ ਉਹ ਜ਼ਿਆਦਾ ਇਮਿਊਨਿਟੀ ਨੂੰ ਬੂਸਟ ਕਰਦੀਆਂ, ਜੇ ਤੁਸੀਂ ਇਹਨੂੰ ਗ੍ਰੀਨ ਜੂਸ, ਵੈਜੀਟੇਬਲ ਜੂਸ ਫਾਰਮ 'ਚ ਵੀ ਲੈਣਾ ਚਾਹੁੰਦੇ ਹੋ ਤਾਂ ਪਹਿਲਾਂ ਇਹਨਾਂ ਨੂੰ ਪ੍ਰੋਪਰਲੀ ਵਾਸ਼ ਕਰਕੇ ਫਿਰ ਇਹਨਾਂ ਨੂੰ ਆਪਾਂ ਬਲੈਂਡ ਕਰਕੇ ਜੂਸ ਫਾਰਮ ਦੇ ਵਿੱਚ ਵੀ ਲੈ ਸਕਦੇ ਹਾਂ, ਜੋ ਇਮਿਊਨਿਟੀ ਨੂੰ ਬੂਸਟ ਕਰਦੀਆਂ ਨੇ। ਇਹ ਤਾਂ ਹੋ ਗਈ ਗੱਲ ਫਰੂਟਸ ਐਂਡ ਵੈਜੀਟੇਬਲਸ ਦੀ। ਬਾਕੀ ਸਾਡੇ ਬਹੁਤ ਸਾਰੇ ਇੰਡੀਅਨ ਹਰਬਸ ਐਂਡ ਸਪਾਈਸਿਸ ਹੁੰਦੇ ਹਨ ਜਿਹੜੇ ਆਪਣੇ ਆਪ 'ਚ ਇਮਿਊਨਿਟੀ ਬੂਸਟਰ ਦਾ ਕੰਮ ਕਰਦੇ ਨੇ, ਜਿਵੇਂ ਕਿ ਮੇਥਰੇ ਹੋ ਗਏ, ਮੇਥਰੇ ਸੀਡਸ ਹੁੰਦੇ ਆ, ਆਪਾਂ ਰਾਤੀ ਇਹਨਾਂ ਨੂੰ ਭਿਉਂ ਦਿੰਦੇ ਹਾਂ, 1 ਚਮਚ ਮੇਥਰਿਆਂ ਨੂੰ ਜੇ ਆਪਾਂ ਭਿਉਂ ਦਾਂਗੇ ਤੇ ਸਵੇਰੇ ਇਹਦਾ ਦਾ ਪਾਣੀ ਵੀ ਪੀ ਸਕਦੇ ਹਾਂ, ਜਾਂ ਮੇਥਰਿਆਂ ਨੂੰ ਸਪਰਾਊਟਡ ਕਰ ਲਓ, ਉਹਨਾਂ ਮੇਥਰਿਆਂ ਨੂੰ ਖਾ ਵੀ ਸਕਦੇ ਹਾਂ। ਇੱਕ ਤਾਂ ਉਹਦੇ ਨਾਲ ਲੰਗਸ ਵੀ ਕਲੀਨ ਹੁੰਦੇ ਆ, ਜਿਹੜੀ ਕਰੋਨਾ ਵਾਇਰਸ ਦੇ ਵਿੱਚ ਜਿਹੜੀ ਬਰੀਦਿੰਗ ਇਸ਼ੂਜ਼ ਆਉਂਦੇ ਆ ਉਹਨਾਂ ਨੂੰ ਵੀ ਕੰਟਰੋਲ ਕਰਨ 'ਚ ਹੈਲਪ ਕਰਦਾ ਹੈ, ਤਾਂ ਮੇਥਰੇ ਦਾ ਪਾਣੀ ਆਪਾਂ ਲੈ ਸਕਦੇ ਹਾਂ। ਦੂਸਰੀ ਗੱਲ 'ਚ ਗਾਰਲਿਕ ਜਿਹੜਾ ਉਹ ਵੀ ਇੱਕ ਤਰ੍ਹਾਂ ਦਾ ਇਮਿਊਨਿਟੀ ਬੂਸਟਰ ਦਾ ਕੰਮ ਕਰਦਾ ਹੈ, ਤਾਂ ਸਵੇਰੇ ਇੱਕ ਗਾਰਲਿਕ ਦੀ ਕਲੀ ਜਿਹੜੀ ਹੈਗੀ ਆ ਉਹਨੂੰ ਆਪਾਂ ਔਰਗੈਨਿਕ ਹਨੀ ਦੇ ਨਾਲ ਡਿਪ ਕੀਤੀ ਹੋਈ ਉਹਨੂੰ ਆਪਾਂ ਲੈ ਸਕਦੇ ਹਾਂ। ਜਾਂ ਦਿਨ 'ਚ 2 ਵਾਰੀ ਸਾਨੂੰ ਇੱਕ ਕਾੜਾ ਲੈਣਾ ਚਾਹੀਦਾ ਜੋ ਆਪਣੇ ਆਪ 'ਚ ਇਮਿਊਨਿਟੀ ਬੂਸਟਰ ਦਾ ਕੰਮ ਕਰਦਾ। ਉਸ ਕਾੜੇ 'ਚ ਕੀ ਹੋ ਸਕਦਾ ਹੈ, ਉਹਦੇ 'ਚ ਹੁੰਦਾ ਦਾਲਚੀਨੀ, ਸਿਨੇਮਨ, ਕਲੋਵ, ਇਲਾਇਚੀ, ਤੁਲਸੀ, ਜਿੰਜਰ, ਟਰਮਰਿਕ ਅਤੇ ਬਲੈਕ ਪੈਪਰ। ਇਹਨਾਂ 8 ਚੀਜ਼ਾਂ ਨੂੰ ਆਪਾਂ ਬੋਇਲ ਕਰ ਦੇਣਾ, ਥੋੜ੍ਹੀਆਂ ਥੋੜ੍ਹੀਆਂ ਚੀਜ਼ਾਂ ਜਿਵੇਂ 1 ਇੰਚ ਹੋ ਗਿਆ ਜਾਂ 1 ਕਲੋਵ ਹੋ ਗਿਆ, 1 ਸਟਿਕ ਸਿਨੇਮਨ ਦੀ ਹੋ ਗਈ, ਇਹਨਾਂ ਸਭ ਚੀਜ਼ਾਂ ਨੂੰ 1 ਕੱਪ ਪਾਣੀ ਦੇ ਵਿੱਚ ਆਪਾਂ ਬੋਇਲ ਕਰਨਾ, ਜਾਂ 2 ਕੱਪ ਪਾਣੀ ਵਿੱਚ ਬੋਇਲ ਕਰਾਂਗੇ ਰਿਡਿਊਸ ਟੂ ਹਾਫ ਹੋ ਜਾਏਗਾ, 1 ਕੱਪ ਰਹਿ ਜਾਏਗਾ, ਉਹ ਤੁਸੀਂ ਦਿਨ ਦੇ ਵਿੱਚ 2 ਵਾਰੀ ਪੀਣਾ ਹੁੰਦਾ। ਇਹ ਜਿਵੇਂ ਅੱਜ ਕੱਲ੍ਹ ਮੌਸਮ ਥੋੜ੍ਹਾ ਸਮਰਸ ਆਉਣੇ ਸਟਾਰਟ ਹੋ ਜਾਣਗੇ ਤਾਂ ਇਹ ਗਰਮ ਚੀਜ਼ਾਂ ਫਿਰ ਤੁਹਾਨੂੰ ਜ਼ਿਆਦਾ ਸੂਟ ਨਹੀਂ ਕਰਦੀਆਂ। ਇਨਫੈਕਟ ਕਰੋਨਾ ਵਾਇਰਸ ਜਿਹੜਾ ਉਹ ਗਰਮ ਟੈਂਪਰੇਚਰ ਦੇ ਵਿੱਚ ਬਣਦਾ ਹੀ ਨਹੀਂ ਹੈ ਜ਼ਿਆਦਾ, ਠੀਕ ਹੈ, ਉਹ ਕਿਲ ਹੋ ਜਾਂਦਾ ਉਸ ਟਾਈਮ 'ਤੇ, ਤਾਂ ਹੋਪਫੁਲੀ ਆਉਣ ਵਾਲੀ ਸਿਚੁਏਸ਼ਨ ਦੇ ਵਿੱਚ ਸਾਨੂੰ ਫੇਸ ਹੀ ਨਾ ਕਰਨਾ ਪਵੇ। ਪਰ ਉਹੀ ਜਿਵੇਂ ਜਿਵੇਂ ਗਰਮੀ ਆਉਂਦੀ ਹੈ ਫਿਰ ਮੀਂਹ ਪੈ ਜਾਂਦਾ ਹੈ, ਫਿਰ ਲੋਕ ਅੱਜ ਜਾਂਦੇ ਨੇ। ਸੋ ਪੀਣ ਦੇ ਵਿੱਚ ਜਿੱਦਾਂ ਨਿੰਬੂ ਪਾਣੀ ਦੀ ਵੀ ਬੜੀ ਹੁੰਦਾ ਕਿ ਨਿੱਕੀ ਨਿੱਕੀ ਵੀਡੀਓ ਸਾਹਮਣੇ ਆ ਰਹੀਆਂ ਨੇ ਨਿੰਬੂ ਪੀਓ, ਔਰ ਕਈ ਲੋਕ ਬਹੁਤ ਜ਼ਿਆਦਾ ਪੀ ਰਹੇ ਨੇ ਕਿ ਪੂਰਾ ਦਿਨ ਨਿੰਬੂ, ਇਹਦਾ ਕੋਈ ਖਤਰਾ ਤਾਂ ਨਹੀਂ ਹੈ? ਇਹਦਾ ਖਤਰਾ ਹੈਗਾ, ਦੇਖੋ ਹਰ ਚੀਜ਼ ਦੀ ਮੋਡਰੇਸ਼ਨ ਹੋਣਾ ਬਹੁਤ ਜ਼ਰੂਰੀ ਹੈਗਾ। ਮੋਡਰੇਸ਼ਨ ਇਜ਼ ਦਾ ਕੀ, ਜਿੱਥੋਂ ਵੀ ਕੋਈ ਵੀ ਇੱਕ ਸਮਿਥ ਸੁਣ ਲੈਂਦੇ ਨਾ, ਆਹ ਚੀਜ਼ ਵਧੀਆ, ਉਹ ਚੀਜ਼ ਵਧੀਆ, ਬੰਦਾ ਜਿਵੇਂ ਭੇਡ ਚਾਲ ਪਿੱਛੇ ਲੱਗ ਜਾਂਦਾ। ਪਹਿਲਾਂ ਤਾਂ ਆਪਣੀ ਕਾਮਨ ਸੈਂਸ ਯੂਜ਼ ਕਰੋ ਕਿ ਤੁਹਾਡੀ ਬੋਡੀ ਕਿਸ ਚੀਜ਼ ਦੀ ਬਣੀ ਹੈ, ਅਤੇ ਹਰ ਚੀਜ਼ ਨੂੰ ਇੱਕ ਪ੍ਰੋਪਰ ਰੂਟੀਨ ਦੇ ਵਿੱਚ ਬੈਲੈਂਸ ਤਰੀਕੇ ਨਾਲ ਖਾਣਾ ਸਿੱਖੋ। ਜੇ ਆਪਾਂ ਗੱਲ ਕਰੀਏ ਲੈਮਨ ਵਾਟਰ ਲੈਣਾ, ਕੋਕੋਨਟ ਵਾਟਰ ਲੈਣਾ, ਪੂਰੇ ਦਿਨ ਵਿੱਚ ਹਾਈਡਰੇਟਿੰਗ ਮੋਡ 'ਤੇ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਵਾਟਰ ਜਿਹੜਾ ਹੈ ਉਹ ਸੈੱਲ ਕਮਿਊਨੀਕੇਸ਼ਨ ਬਹੁਤ ਵਧੀਆ ਕਰਦਾ, ਇੱਕ ਸੈੱਲ ਨੂੰ ਦੂਸਰੇ ਸੈੱਲ ਨਾਲ ਕਮਿਊਨੀਕੇਟ ਕਰਨ ਲਈ ਵਾਟਰ ਦੀ ਹੀ ਹੈਲਪ ਚਾਹੀਦੀ ਹੁੰਦੀ ਹੈ। ਸੋ ਵਾਟਰ ਨੂੰ ਤੁਸੀਂ ਭਾਵੇਂ ਲੈਮਨ ਵਾਟਰ ਦੇ ਫਾਰਮ ਦੇ ਵਿੱਚ ਲਓ, ਕੋਕੋਨਟ ਵਾਟਰ ਫਾਰਮ ਦੇ ਵਿੱਚ ਲੈ ਸਕਦੇ ਹੋ, ਤੁਸੀਂ ਇਹਨੂੰ ਜਿਵੇਂ ਆਪਾਂ ਕਹਿੰਦੇ ਇਨਫਿਊਜ਼ ਕੀਤਾ ਹੋਇਆ ਪਾਣੀ ਕਿਸੇ ਵੀ ਫਲੇਵਰ ਦੇ ਵਿੱਚ ਫਾਰਮ ਆਪਾਂ ਲੈ ਸਕਦੇ ਹਾਂ, ਅਤੇ ਦਿਨ ਦੇ ਵਿੱਚ ਤੁਸੀਂ ਜੇ ਆਪਣਾ ਨੋਰਮਲ ਇਨਟੇਕ ਆਫ ਵਾਟਰ 8 ਤੋਂ 10 ਗਲਾਸ ਰੱਖੋਗੇ, ਦੈਟਸ ਪਰਫੈਕਟਲੀ ਫਾਈਨ। ਲੇਕਿਨ ਐਕਸੈਸ ਆਫ ਇਨਟੇਕ ਜੀ ਲੈਮਨ ਸਾਨੂੰ ਬਚਾ ਲਏਗਾ ਤਾਂ ਲੈਮਨ ਪੀਂਦੇ ਰਹੋ, ਉਹਨਾਂ ਦਾ ਗਲਾ ਹੋਰ ਖਰਾਬ ਹੋ ਜਾਣਾ। ਸੋ ਆਪਣਾ ਲੈਮਨ ਦਾ ਇਨਟੇਕ ਵੀ ਤੁਸੀਂ ਮੋਡਰੇਟਲੀ ਰੱਖੋ, ਵਿਟਾਮਿਨ ਸੀ ਰਿਚ ਫੂਡ 'ਚ ਆਮਲਾ ਦਾ ਇਨਟੇਕ ਵੀ ਲੈ ਸਕਦੇ, ਤੁਸੀਂ ਆਮਲਾ ਸਵੇਰੇ ਸਵੇਰੇ ਖਾ ਸਕਦੇ ਹੋ, ਬਟ ਇਹ ਨਹੀਂ ਕਿ ਤੁਸੀਂ ਹੁਣ ਆਮਲਾ ਵਧੀਆ ਤਾਂ ਆਮਲੇ ਦੇ ਮੁਰੱਬੇ ਅਤੇ ਆਮਲੇ ਦੀ ਕੈਂਡੀਆਂ ਲੈ ਕੇ ਘਰ ਤੁਸੀਂ ਖਾਈ ਜਾ ਰਹੇ ਹੋ, ਉਹ ਬਿਲਕੁਲ ਗਲਤ ਹੋਏਗਾ। ਕੱਚਾ ਆਮਲਾ ਸਵੇਰੇ ਹੀ ਖਾਣਾ ਆਪਣੇ ਆਪ 'ਚ ਇਮਿਊਨਿਟੀ ਬੂਸਟਰ ਹੈਗਾ। ਮੈਨੂੰ ਲੱਗ ਰਿਹਾ ਕਿ ਲੋਕ ਡਰ ਦੇ ਮਾਰੇ ਨਾ ਪੈ ਜਿਵੇਂ ਆ ਜਾਂਦਾ ਤਾਂ ਬੰਦਾ ਉਸ ਪਿੱਛੇ ਭੱਜਣਾ ਸਟਾਰਟ ਹੋ ਜਾਂਦਾ, ਕੁਛ ਵੀ ਖਾਈ ਜਾ ਰਹੇ, ਇੱਕ ਪ੍ਰੋਪਰ
ਬੈਲੈਂਸ ਡਾਇਟ ਜਿਹੜੀ ਸ਼ੁਰੂ ਤੋਂ ਹੀ ਬਣੀ ਹੋਈ ਹੈ ਉਹ ਆਪਣੇ ਆਪ 'ਚ ਇੱਕ ਇਮਿਊਨਿਟੀ ਬੂਸਟਰ ਦਾ ਕੰਮ ਕਰਦੀ ਹੈ, ਕਿਉਂਕਿ ਉਹ ਐਲਕਲਾਈਨ ਕਰ ਦਿੱਤਾ ਬੋਡੀ ਨੇ ਅਤੇ ਆਪਣੇ ਆਪ ਇਮਿਊਨਿਟੀ ਬੂਸਟ ਹੋ ਗਈ। ਬਿਲਕੁਲ ਸੋ ਲਵਲੀਨ, ਵੈਜੀਟੇਬਲਸ ਦੀ ਆਪਾਂ ਸਬਜ਼ੀਆਂ ਦੀ ਗੱਲ ਕੀਤੀ ਆ, ਹੁਣ ਨੋਨ ਵੈਜ 'ਤੇ ਆ ਜਾਈਏ। ਨੋਨ ਵੈਜ ਨੂੰ ਲੈ ਕੇ ਵੀ ਕਾਫੀ ਰੌਲਾ ਹੁਣ ਪਿਆ ਹੋਇਆ, ਜਿਹਨਾਂ ਦਾ ਅੰਡੇ ਦਾ ਵਪਾਰ ਹੈ ਅਤੇ ਉਹ ਕਹਿੰਦੇ ਨੇ ਕਿ ਸਾਡਾ ਫੇਲ ਹੋ ਗਿਆ, ਠੱਪ ਹੋਇਆ ਪਿਆ ਇਸ ਮੌਸਮ ਦੇ ਵਿੱਚ, ਚਿਕਨ ਨਹੀਂ ਖਾਣਾ, ਇਹਦੇ ਬਾਰੇ ਕੀ ਸੱਚਾਈ ਹੈ? ਹਾਂਜੀ, ਨੋਨ ਵੈਜੀਟੇਰੀਅਨ ਡਾਇਟ ਦੇਖੋ, ਵਟ ਆਈ ਬਿਲੀਵ, ਮੈਨੂੰ ਕੀ ਲੱਗਦਾ ਹੈ ਕਿ ਸਾਡਾ ਜਿਹੜਾ ਹਿਊਮਨ ਬੋਡੀ ਹੈ ਉਹ ਪਲਾਂਟ ਬੇਸਡ ਡਾਇਟ ਉੱਤੇ ਵੈਸੇ ਤਾਂ ਬਣੀ ਹੋਈ ਹੈ, ਕਿਉਂਕਿ ਇਮਿਊਨਿਟੀ ਨੂੰ ਬੂਸਟ ਹੀ ਪਲਾਂਟ ਬੇਸਡ ਡਾਇਟ ਕਰਦੀ ਹੈਗੀ ਹੈ। ਬਟ ਜੇ ਆਪਾਂ ਦੇਖੀਏ ਕਿ ਉਹ ਵੀ ਦੇਸ਼ ਹੈਗੇ ਨੇ ਜਿਹੜੇ ਨੋਨ ਵੈਜੀਟੇਰੀਅਨ ਡਾਇਟ ਤੋਂ ਹੀ ਸਰਵਾਈਵ ਕਰ ਰਹੇ ਨੇ, ਉਹਨਾਂ ਦਾ ਬੀਫ ਐਂਡ ਚਿਕਨ ਸਭ ਕੁਛ ਉੱਥੋਂ ਹੀ ਚੱਲ ਰਿਹਾ ਹੈ, ਚਾਈਨਾ ਵਾਲੇ ਖਾਂਦੇ ਹੀ ਇਹ ਸਭ ਚੀਜ਼ਾਂ, ਤਾਂ ਉਹਨਾਂ ਦਾ ਮਤਲਬ ਇੱਕ ਤਰ੍ਹਾਂ ਦਾ ਕਲਚਰ ਹੀ ਉਸ ਅਕੋਰਡਿੰਗ ਹੀ ਚੱਲ ਰਿਹਾ ਹੈਗਾ। ਸੋ ਜੇ ਆਪਾਂ ਨੋਨ ਵੈਜੀਟੇਰੀਅਨ ਦੀ ਗੱਲ ਕਰੀਏ ਤਾਂ ਨੋਨ ਵੈਜੀਟੇਰੀਅਨ ਡਾਇਟ ਤੋਂ ਵੀ ਸਾਨੂੰ ਕੋਈ ਇੰਨਾ ਡਰ ਲੈਣ ਦੀ ਲੋੜ ਨਹੀਂ ਹੈਗੀ ਹੈ। ਦੇਖੋ, ਜਿੱਥੋਂ ਓਰੀਜਨ ਸਟਾਰਟ ਹੋਇਆ ਯੂ ਨੈਵਰ ਨੋ, ਹਜੇ ਤੱਕ ਉਹ ਵੀ ਨਹੀਂ ਕਲੀਅਰ ਹੈਗਾ ਕਿ ਉਹ ਚੀਜ਼ ਉੱਥੋਂ ਸਟਾਰਟ ਹੋਈ ਵੀ ਹੈ ਕਿ ਨਹੀਂ ਹੈਗੀ ਹੈ। ਇਟਸ ਆਲ ਅਬਾਊਟ ਕਿ ਤੁਸੀਂ ਆਪਣੀ ਕੇਅਰ ਕਰਨ ਲਈ ਤੁਸੀਂ ਕਿੰਨਾ ਉਹਨੂੰ ਕਲੀਨ ਕਰਕੇ ਯੂਜ਼ ਕਰ ਰਹੇ ਹੈਗੇ ਹੋ। ਤਾਂ ਜੋ ਵੀ ਚੀਜ਼ ਤੁਸੀਂ ਲੈ ਕੇ ਆ ਰਹੇ ਹੋ, ਨੋਨ ਵੈਜੀਟੇਰੀਅਨ ਵੀ ਐਗਸ ਲੈ ਕੇ ਆ ਰਹੇ ਹੋ ਜਾਂ ਤੁਸੀਂ ਕੋਈ ਚਿਕਨ ਵਗੈਰਾ ਲੈ ਕੇ ਆ ਰਹੇ ਹੋ, ਉਹਨੂੰ ਫਰੈਸ਼ਲੀ ਯੂਜ਼ ਕਰੋ ਅਤੇ ਪ੍ਰੋਪਰਲੀ ਉਹਦੀ ਹਾਈਜੀਨਿਕ ਕੰਡੀਸ਼ਨ ਦੇ ਵਿੱਚ ਯੂਜ਼ ਕਰੋਗੇ ਤਾਂ ਕੋਈ ਇਸ਼ੂਜ਼ ਹੈ ਨਹੀਂ ਹੈ। ਬਟ ਇਹ ਕਿ ਜਿੰਨਾ ਤੁਸੀਂ ਪਲਾਂਟ ਬੇਸਡ ਡਾਇਟ ਨਾਲ ਰੋ ਵੈਜੀਟੇਬਲਸ ਆ ਇਹ ਸਭ ਚੀਜ਼ਾਂ ਰੱਖੋਗੇ ਤਾਂ ਇਮਿਊਨਿਟੀ ਨੂੰ ਆਪਣੇ ਆਪ 'ਚ ਬੂਸਟ ਕਰਨਗੇ। ਜੀ ਬਿਲਕੁਲ। ਸੋ ਇੱਕ ਇਹ ਟਿਸ਼ੂ ਪੇਪਰ ਦਾ ਜਾਂ ਟੋਇਲਟ ਪੇਪਰ ਦਾ ਕੀ ਮਸਲਾ ਹੈ? ਇਹਦੇ ਪਿੱਛੇ ਮਤਲਬ ਵਿਦੇਸ਼ੀ ਲੋਕ ਵੀ ਜਿਨ੍ਹਾਂ ਨੂੰ ਦੇਖ ਕੇ ਇੱਥੇ ਪੰਜਾਬ ਦੇ ਵਿੱਚ ਬੜਾ ਹੁੰਦਾ ਕਿ ਹਾਂ ਵੈਸਟਰਨ ਕੰਟਰੀ ਵਰਗੇ ਬਣੋ, ਪਰ ਉਹਨਾਂ ਨੂੰ ਜਦੋਂ ਹੁਣ ਦੇਖਦੇ ਆ ਤਾਂ ਸਾਨੂੰ ਵੀ ਹਾਸਾ ਆਉਂਦਾ ਕੀ ਕਰ ਰਹੇ। ਬਿਲਕੁਲ ਬਿਲਕੁਲ। ਦੇਖੋ, ਸਾਡਾ ਜੁਗਾੜ ਵਾਲਾ ਸਿਸਟਮ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਵਧੀਆ ਰਹਿੰਦਾ ਕਿ ਪਾਣੀ ਨੂੰ ਆਪਾਂ ਯੂਜ਼ ਕਰੀਏ ਹਾਈਜੀਨਿਕ ਕੰਡੀਸ਼ਨ ਨੂੰ ਮੇਨਟੇਨ ਕਰਨ ਲਈ। ਹੁਣ ਉੱਥੇ ਇੰਨਾ ਪੈਨਿਕ ਕੰਡੀਸ਼ਨ ਹੋਣ ਕਰਕੇ ਟੋਇਲਟ ਪੇਪਰ ਪ੍ਰਿਜ਼ਰਵ ਮਤਲਬ ਰਿਸਟੋਰ ਕਰਨ ਲੱਗ ਗਏ ਹਾਂ ਜਾਂ ਟੋਇਲਟ ਪੇਪਰ ਨੂੰ ਆਪਾਂ ਆਰਡਰ ਜ਼ਿਆਦਾ ਹੋਣ ਲੱਗ ਗਿਆ ਉੱਥੇ, ਅਤੇ ਇਹ ਸਭ ਚੀਜ਼ਾਂ ਪੈਨਿਕ ਕੰਡੀਸ਼ਨ ਕਰਕੇ ਸਾਰੀ ਡਿਵੈਲਪ ਹੋ ਰਹੀਆਂ ਹੈਗੀਆਂ। ਬਾਕੀ ਆਪਣੀ ਨੋਰਮਲ ਹਾਈਜੀਨਿਕ ਕੰਡੀਸ਼ਨ ਜੇ ਆਪਾਂ ਰੱਖੀਏ ਤਾਂ ਨੋਰਮਲ ਯੂਜ਼ ਆਫ ਵਾਟਰ ਐਂਡ ਹਾਈਜੀਨਿਕ ਕੰਡੀਸ਼ਨ ਰੱਖਾਂਗੇ ਤਾਂ ਕੋਈ ਇਸ਼ੂਜ਼ ਹੈ ਨਹੀਂ ਹੈ। ਸੋ ਟੋਇਲਟ ਪੇਪਰ ਨੂੰ ਸਟੋਰ ਕਰਨ ਦੀ ਵੀ ਕੋਈ ਰਿਕੁਆਇਰਮੈਂਟ ਹੈਗੀ ਨਹੀਂ ਹੈ ਸਾਨੂੰ। ਜੀ, ਮਾਸਕ ਦੀ ਵੀ ਗੱਲ ਕਰ ਰਹੀਏ, ਮਾਸਕ ਨੇ ਜਿਹੜੇ ਉਹ ਦੁਕਾਨਦਾਰਾਂ ਨੇ ਬੜੀ ਛਿੱਲ ਲਾਉਣੀ ਸ਼ੁਰੂ ਕਰ ਦਿੱਤੀ ਹੈ ਲੋਕਾਂ ਦੀ, 50 ਵਾਲੇ 300-300 400-400 ਦੇ ਵਿੱਚ। ਸੋ ਇਹ ਕੋਈ ਬਚਾਅ ਦਾ ਕਾਰਨ ਹੈ? ਜਿੱਥੇ ਤਾਂ ਇਹ ਹੋਇਆ ਹੋਇਆ ਜਿਸ ਏਰੀਆ ਦੇ ਵਿੱਚ ਇਹ ਫੈਲਿਆ ਹੋਇਆ, ਡੈਫੀਨੇਟਲੀ ਉਹ ਸਾਨੂੰ ਰਿਕੁਆਇਰਮੈਂਟ ਹੁੰਦੀ ਹੈ ਉਹਨਾਂ ਸਭ ਚੀਜ਼ਾਂ ਤੋਂ ਆਪਣੇ ਆਪ ਨੂੰ ਪ੍ਰੀਵੈਂਟ ਕਰਨ ਲਈ। ਬਟ ਬਿਨਾਂ ਗੱਲ ਤੋਂ ਇੰਨਾ ਮਾਰਕੀਟਿੰਗ ਇਹਨਾਂ ਸਭ ਚੀਜ਼ਾਂ ਦੀ, ਅਤੇ ਜਿਵੇਂ ਕਹਿ ਰਹੇ ਹਾਂ ਕਿ ਡਬਲ ਰੇਟਸ 'ਤੇ ਉਹਨਾਂ ਨੂੰ ਵੇਚਿਆ ਜਾ ਰਿਹਾ, ਤਾਂ ਇਹ ਆਪਣੇ ਆਪ ਦੇ ਵਿੱਚ ਜਿਵੇਂ ਕਹਿ ਦਿੰਦੇ ਹਾਂ ਕਿ ਲੋਕ ਇਸ ਚੀਜ਼ ਦਾ ਫਾਇਦਾ ਉਹ ਚੱਕ ਰਹੇ ਹੈਗੇ ਨੇ ਕਿ ਇਹ ਸਿਚੁਏਸ਼ਨ ਐਸੀ ਆ ਗਈ ਅਤੇ ਉਹੀ 5 ਰੁਪਏ ਵਾਲੀ ਚੀਜ਼ ਜਿਹੜੀ ਉਹ 25-30 ਰੁਪਏ ਦੇ ਵਿੱਚ ਵੇਚੀ ਜਾ ਰਹੀ ਹੈ। ਅਤੇ ਆਪਣਾ ਮੈਨੂੰ ਲੱਗਦਾ ਇੱਥੇ ਇਨਸਾਨੀਅਤ ਦਾ ਹੋਣਾ ਬਹੁਤ ਜ਼ਰੂਰੀ ਹੈਗਾ ਕਿ ਜਿੱਥੇ ਤੁਹਾਨੂੰ ਲੋਕਾਂ ਦੀ ਲੋੜ ਹੈਗੀ ਹੈ ਤੁਸੀਂ ਉਹਨਾਂ ਦੇਸ਼ਾਂ ਬਾਰੇ ਵੀ ਸੋਚ ਸਕਦੇ ਜਿਨ੍ਹਾਂ ਨੇ ਲੋਕਾਂ ਨੇ ਆਪਣੀ ਕਮਿਊਨਿਟੀ ਬਣਾਈ ਹੈ ਕਿ ਆਪਣੇ ਜਿਹੜੇ ਮਾਸਕ ਹੈਗੇ ਨੇ ਉਹ ਆਪਣੇ ਲੈਵਲ 'ਤੇ ਉਹ ਪ੍ਰਿਪੇਅਰ ਕਰ ਰਹੇ ਹੈਗੇ ਨੇ ਲੋਕਾਂ ਨੂੰ ਪ੍ਰੀਵੈਂਟ ਕਰਨ ਲਈ, ਅਤੇ ਉਹ ਵੀ ਲੋਕ ਹੈਗੇ ਜਿਹੜੇ ਡਬਲ 'ਚ ਵੇਚ ਰਹੇ ਹੈਗੇ। ਇਟਸ ਆਲ ਕਿ ਤੁਹਾਡਾ ਮਾਇੰਡਸੈਟ ਕਿਵੇਂ ਦਾ, ਹਿਊਮੈਨਿਟੀ ਬਾਰੇ ਤੁਸੀਂ ਕਿਵੇਂ ਸੋਚ ਰਹੇ ਹੈਗੇ ਹੋ। ਸਾਨੂੰ ਇਹ ਮਾਸਕ ਦੀ ਰਿਕੁਆਇਰਮੈਂਟ ਡੈਫੀਨੇਟਲੀ ਕਿਤੇ ਨਾ ਕਿਤੇ ਲੱਗਦੀ ਹੈ, ਬਟ ਮੈਨੂੰ ਲੱਗਦਾ ਜਿੱਥੇ ਇਹ ਚੀਜ਼ਾਂ ਫੈਲ ਚੁੱਕੀਆਂ ਉਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਰਿਕੁਆਇਰਡ ਹੈ, ਹਜੇ ਇੱਥੇ ਤੱਕ ਨਹੀਂ ਆਇਆ ਹੈਗਾ ਤਾਂ ਆਪਾਂ ਯੂਜ਼ ਨਹੀਂ ਕਰ ਰਹੇ ਹਾਂ। ਬਟ ਆਪਣੇ ਆਪ ਨੂੰ ਪ੍ਰੀਵੈਂਟ ਕਰਨ ਲਈ ਸਾਨੂੰ ਇਹ ਰੱਖਣਾ ਜ਼ਰੂਰੀ ਹੈ, ਬਟ ਆਪਣੀ ਇਮਿਊਨਿਟੀ ਨੂੰ ਵਧਾਓ ਅਤੇ ਆਪਣੇ ਆਪ ਨੂੰ ਥੋੜ੍ਹਾ ਯੂਨੋ ਹਾਈਜੀਨਿਕ ਕੰਡੀਸ਼ਨ 'ਚ ਰੱਖੋ ਤਾਂ ਕਿ ਇਹਨਾਂ ਸਭ ਚੀਜ਼ਾਂ ਦੀ ਲੋੜ ਹੀ ਨਾ ਪਏ ਸਾਨੂੰ। ਜੀ ਬਿਲਕੁਲ ਸੁਲਵਲੀਨ, ਇਹ ਹੈ ਕਿ ਬਹੁਤ ਸਾਫ਼ ਸਫਾਈ ਰੱਖਣ ਦੀ, ਪਰਹੇਜ਼ ਰੱਖਣ ਦੀ ਲੋੜ ਹੈ। ਪਾਣੀ ਅਤੇ ਸੈਨੇਟਾਈਜ਼ਰ ਦੋਨਾਂ 'ਚੋਂ ਕੀ ਬੈਟਰ ਹੈ? ਅੱਜ ਅਸੀਂ ਮੁਹਾਲੀ ਦੇ 5 ਮੈਡੀਕਲ ਸਟੋਰਸ 'ਤੇ ਗਏ, ਸਾਰੇ ਕਿਤੇ ਹੈਂਡ ਸੈਨੇਟਾਈਜ਼ਰ ਆਊਟ ਆਫ ਸਟੋਕ ਹੋ ਚੁੱਕੇ ਹੈ। ਪਾਣੀ ਅਤੇ ਸੈਨੇਟਾਈਜ਼ਰ ਦੇ ਵਿੱਚ ਕੀ ਬੈਟਰ? ਦੇਖੋ, ਮੈਂ ਸੈਨੇਟਾਈਜ਼ਰ ਬਾਰੇ ਗੱਲ ਕਰਾਂਗੀ। ਅਲਕੋਹਲ ਬੇਸ ਸੈਨੇਟਾਈਜ਼ਰ ਦੀ ਰਿਕੁਆਇਰਮੈਂਟ ਉੱਥੇ ਹੁੰਦੀ ਸੀ ਜਦੋਂ ਸਾਡੇ ਕੋਲ ਪਾਣੀ ਦੀ ਫੈਸਿਲਿਟੀ ਅਵੇਲੇਬਲ ਨਹੀਂ ਸੀਗੀ, ਠੀਕ ਹੈ। ਮੈਂ ਪਹਿਲਾਂ ਸਾਡਾ ਕਲੀਨਿਕ ਬੇਸਮੈਂਟ
ਬੇਸਮੈਂਟ 'ਚ ਹੁੰਦਾ ਸੀ ਆਈ ਆਲਵੇਜ਼ ਕੀਪ ਅ ਸੈਨੇਟਾਈਜ਼ਰ ਓਵਰ ਦੇ ਕਿਉਂਕਿ ਸਾਡੇ ਕੋਲ ਬੇਸਮੈਂਟ 'ਚ ਵਾਟਰ ਅਵੇਲੇਬਿਲਟੀ ਨਹੀਂ ਸੀ ਐਂਡ ਦੈਨ ਵੀ ਮੇਕ ਯੂਜ਼ ਆਫ ਸੈਨੇਟਾਈਜ਼ਰ ਵਾਂਸ ਅ ਵਾਈਲ ਤਾਂ ਸੈਨੇਟਾਈਜ਼ਰ ਉੱਥੇ ਲੋੜ ਹੈ ਜੋ ਸਾਨੂੰ ਪਾਣੀ ਹੈ ਹੀ ਨਹੀਂ ਹੈਗਾ ਤੁਹਾਡੇ ਕੋਲ ਉਹ ਚੀਜ਼ ਹੈ ਹੀ ਨਹੀਂ ਸਾਫ਼ ਕਰਨ ਦੇ ਲਈ ਹੁਣ ਤੁਸੀਂ ਜਿੱਥੇ ਵੀ ਬਾਹਰ ਜਾ ਰਹੇ ਹੋ ਤੁਹਾਨੂੰ ਵਾਟਰ ਅਵੇਲੇਬਿਲਟੀ ਉੱਥੇ ਮਿਲੇਗੀ ਨਹੀਂ ਹੁਣ ਆਪਣੇ ਆਪ ਨੂੰ ਥੋੜ੍ਹਾ ਕਲੀਨ ਰੱਖਣ ਲਈ ਦੈਨ ਵੀ ਆਰ ਕੀਪਿੰਗ ਇਟ ਇਨ ਅ ਪਰਸ ਔਰ ਸਮਵੇਅਰ ਤਾਂ ਕਿ ਜਿੱਥੇ ਆਪਾਂ ਯੂਜ਼ ਕਰ ਰਹੇ ਹਾਂ ਕੋਈ ਆਪਾਂ ਹੈਂਡਲ ਯੂਜ਼ ਕੀਤਾ ਤਾਂ ਆਪਾਂ ਸੈਨੇਟਾਈਜ਼ਰ ਨਾਲ ਕਲੀਨ ਕਰਕੇ ਜਾ ਰਹੇ ਹਾਂ ਬਟ ਜੇ ਤੁਸੀਂ ਘਰ ਹੈਗੇ ਹੋ ਤਾਂ ਦੈਨ ਯੂ ਕੈਨ ਮੇਕ ਯੂਜ਼ ਆਫ ਵਾਟਰ ਦਾ ਤੁਸੀਂ ਯੂਜਿਸ ਰੱਖੋ ਐਕਸੈਸ ਉਹਦੇ ਜਿਵੇਂ ਪੈਨਿਕ ਹੋ ਕੇ ਨਾ ਹਰ ਜਗ੍ਹਾ 'ਤੇ ਸਟੋਰੇਜ ਕਰ ਲਈ ਕਿ ਜਾਵਾਂਗੇ ਅਤੇ ਕਿਤੇ ਖਤਮ ਨਾ ਹੋ ਜੇ ਉਹ ਚੀਜ਼ ਹੋ ਰਹੀ ਹੈ ਬਟ ਵਿੱਚ ਵਿੱਚ ਕਿਤੇ ਸੈਨੇਟਾਈਜ਼ਰ ਤੁਸੀਂ ਟਰੈਵਲ ਕਰਨ ਜਾ ਰਹੇ ਹੋ ਤੁਹਾਡੇ ਕੋਲ ਅਵੇਲੇਬਿਲਟੀ ਆਫ ਵਾਟਰ ਹੋਣਾ ਹੀ ਨਹੀਂ ਹੈਗਾ ਦੈਨ ਯੂ ਕੈਨ ਮੇਕ ਯੂਜ਼ ਆਫ ਸੈਨੇਟਾਈਜ਼ਰ ਬਟ ਜਿੱਥੇ ਵਾਟਰ ਹੈਗਾ ਉਹਦਾ ਤਾਂ ਕੰਪੈਰੀਜ਼ਨ ਕੋਈ ਕਰ ਹੀ ਨਹੀਂ ਸਕਦਾ ਪਾਣੀ ਨਾਲ ਵੀ ਬੈਕਟੀਰੀਆ ਉਦਾਂ ਹੀ ਕਿਲ ਹੋ ਜਾਣਾ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜੇ ਆਪਣਾ ਇਮਿਊਨ ਸਿਸਟਮ ਹੈ ਜਿਹੜਾ ਸ਼ੁਰੂ ਤੋਂ ਲੈ ਕੇ ਬਚਪਨ ਤੋਂ ਲੈ ਕੇ ਸਹੀ ਹੈ ਤਾਂ ਆਪਾਂ ਨੂੰ ਕੋਈ ਬਿਮਾਰੀ ਹੈ ਜਿਹੜੀ ਉਹ ਛੇਤੀ ਕਿਤੇ ਲੱਗਦੀ ਨਹੀਂ ਵੈਕਸੀਨੇਸ਼ਨ ਨੂੰ ਲੈ ਕੇ ਵੀ ਬੜਾ ਹੁਣ ਹੋੜ ਲੱਗੀ ਹੋਈ ਹੈ ਹਾਲਾਂਕਿ ਇਹਦਾ ਕੋਈ ਇਲਾਜ ਨਹੀਂ ਆਇਆ ਪਰ ਕਹਿੰਦੇ ਕਿ ਪਤਾ ਨਹੀਂ ਕਿਹੜੇ ਕਿਹੜੇ ਵੈਕਸੀਨੇਸ਼ਨ ਲੋਕ ਲੈ ਰਹੇ ਨੇ ਕਿ ਜੇ ਅਸੀਂ ਪਹਿਲਾਂ ਹੀ ਸਾਡੀ ਬਾਡੀ ਦੇ ਵਿੱਚ ਕੋਈ ਵੈਕਸੀਨੇਸ਼ਨ ਲੱਗਿਆ ਹੋਏਗਾ ਤਾਂ ਬਿਮਾਰੀ ਨੇੜੇ ਨਹੀਂ ਆਏਗੀ ਨਹੀਂ ਇਹ ਵੀ ਮੈਨੂੰ ਲੱਗ ਰਿਹਾ ਕਿ ਇਹ ਵੀ ਸਾਰੇ ਮਿੱਥ ਹੀ ਚੱਲ ਰਹੇ ਨੇ ਬਿਕੋਜ਼ ਅੱਜ ਕੱਲ੍ਹ ਮਾਰਕੀਟਿੰਗ ਸਟ੍ਰੈਟਜੀਜ਼ ਹੋ ਗਈਆਂ ਤੁਸੀਂ ਆਹ ਲੈ ਲਓ ਜੀ ਤਾਂ ਇਹ ਨਹੀਂ ਹੋਏਗਾ ਉਹ ਨਹੀਂ ਹੋਏਗਾ ਹੁਣ ਬੰਦਾ ਜਿੰਨਾ ਘਬਰਾਇਆ ਹੁੰਦਾ ਨਾ ਉਸ ਟਾਈਮ ਦਾ ਸਿਚੁਏਸ਼ਨ ਕੋਈ ਵੀ ਲਾਹਾ ਲੈ ਲੈਂਦਾ ਕਿ ਬੰਦਾ ਤਾਂ ਘਬਰਾਇਆ ਕੁਛ ਵੀ ਕਰ ਲਓ ਤਾਂ ਅਜੇ ਤੱਕ ਕੋਈ ਵੈਕਸੀਨੇਸ਼ਨ ਵਗੈਰਾ ਦੀ ਕੋਈ ਹਜੇ ਕੋਈ ਡਿਵੈਲਪ ਨਹੀਂ ਹੋਈ ਹੈਗੀ ਹੈ ਕੋਈ ਰਿਲਾਇਬਲ ਸੋਰਸਿਸ ਤੋਂ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਈ ਹੈ ਕਿ ਇਹ ਲੈ ਕੇ ਤੁਸੀਂ ਕੁਝ ਪ੍ਰੀਵੈਂਟ ਕਰ ਸਕਦੇ ਹੋ ਸੋ ਆਪਣੇ ਆਪ ਨੂੰ ਸੇਫ ਰੱਖੋ ਇਹਨਾਂ ਸਭ ਚੀਜ਼ਾਂ ਵਿੱਚ ਫਸਣ ਦੀ ਸਾਨੂੰ ਕੋਈ ਲੋੜ ਹੈਗੀ ਨਹੀਂ ਹੈ ਬੱਚਿਆਂ ਨੂੰ ਵੀ ਛੋਟੇ ਹੁੰਦਿਆਂ ਤੋਂ ਹੀ ਵੈਕਸੀਨੇਸ਼ਨ ਲਗਾਈ ਜਾਂਦੀ ਤਾਂ ਕਿ ਉਹਨਾਂ ਨੂੰ ਕੋਈ ਹੋਰ ਪ੍ਰੋਬਲਮ ਜਿਹੜੀ ਕ੍ਰੀਏਟ ਨਾ ਹੋਏ ਡਿਫਰੈਂਟ ਡਿਫਰੈਂਟ ਫਾਰਮ ਆਫ ਵੈਕਸੀਨੇਸ਼ਨ ਹੈਗੀਆਂ ਉਹ ਰਿਲਾਇਬਲ ਸਾਨੂੰ ਪੂਰਾ ਵੈਕਸੀਨੇਸ਼ਨ ਦਾ ਇੱਕ ਟ੍ਰੀਟਮੈਂਟ ਪਤਾ ਹੁੰਦਾ ਇਹਦਾ ਕੋਈ ਹਜੇ ਸੋਰਸ ਹੀ ਨਾ ਆਇਆ ਤੁਸੀਂ ਬਿਨਾਂ ਗੱਲ ਤੋਂ ਕਿਸੇ ਨੂੰ ਕਿਵੇਂ ਬਿਲੀਵ ਕਰਕੇ ਉਹ ਚੀਜ਼ਾਂ ਲੈ ਸਕਦੇ ਹੋ ਸੋ ਉਹਦੀ ਸਾਨੂੰ ਕੋਈ ਰਿਕੁਆਇਰਮੈਂਟ ਹੈਗੀ ਨਹੀਂ ਹੈ ਸੋ ਸਭ ਤੋਂ ਵੱਧ ਖਤਰਾ ਕਿਹੜੇ ਏਜ ਗਰੁੱਪ ਨੂੰ ਹੈ ਬੱਚਿਆਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਮੇਲ ਫੀਮੇਲ ਵੈਲ ਇਹ ਖਤਰਾ ਤਾਂ ਹਰ ਇੱਕ ਏਜ ਗਰੁੱਪ ਨੂੰ ਹੈਗਾ ਜਿਨ੍ਹਾਂ ਦੀ ਇਮਿਊਨਿਟੀ ਘੱਟ ਹੈਗੀ ਹੈ ਜਿਸ ਦੀ ਸਭ ਤੋਂ ਜ਼ਿਆਦਾ ਘੱਟ ਇਮਿਊਨਿਟੀ ਹੋਏਗੀ ਇੱਕਦਮ ਉਹਨੂੰ ਕੈਚ ਕਰਦਾ ਹੈਗਾ ਬੱਚਿਆਂ ਦਾ ਇਮਿਊਨ ਸਿਸਟਮ ਇੱਕਦਮ ਡਿਵੈਲਪ ਨਹੀਂ ਹੋ ਰਿਹਾ ਹੁੰਦਾ ਇਸ ਕਰਕੇ ਉਹਨਾਂ ਦਾ ਰਹਿੰਦਾ ਕਿ ਬੱਚੇ ਜਲਦੀ ਕੈਚ ਕਰ ਲੈਣਗੇ ਬਾਕੀ ਜਿਹੜੇ ਵੀ ਭਾਵੇਂ ਉਹ ਮੈਨ ਹੈ ਵੁਮੈਨ ਹੈ ਜਾਂ ਬਜ਼ੁਰਗਾਂ ਅਤੇ ਬੱਚਿਆਂ ਵਿੱਚ ਜ਼ਰੂਰ ਕੰਸਿਡਰ ਕਰਾਂਗੇ ਕਿ ਉਹਦੀ ਇਮਿਊਨਿਟੀ ਲੈਵਲ ਥੋੜ੍ਹਾ ਘਟਣਾ ਸਟਾਰਟ ਹੋ ਜਾਂਦਾ ਬਾਕੀ ਇਹ ਕਿ ਜਿਨ੍ਹਾਂ ਦੀ ਇਮਿਊਨਿਟੀ ਬਹੁਤ ਘਟੀ ਹੋਏਗੀ ਜਿਨ੍ਹਾਂ ਨੇ ਜਿਨ੍ਹਾਂ ਦਾ ਇਮਿਊਨ ਸਿਸਟਮ ਬਹੁਤ ਲੋਅ ਹੋਏਗਾ ਤਾਂ ਉਹਨਾਂ ਨੂੰ ਜਲਦੀ ਕੈਚ ਹੁੰਦਾ ਇਹ ਚੀਜ਼ਾਂ ਸੋ ਹੁਣ ਆਖਰੀ ਤੇ ਮੈਂ ਤੁਹਾਨੂੰ ਜ਼ਰੂਰ ਪੁੱਛਾਂਗੀ ਕਿ ਤੁਸੀਂ ਡਾਇਟੀਸ਼ੀਅਨ ਹੋ ਕਰੋਨਾ ਵਾਇਰਸ ਤੋਂ ਬਾਅਦ ਇਹਦੇ ਦਹਿਸ਼ਤ ਤੋਂ ਬਾਅਦ ਤੁਹਾਡੇ ਕੋਲ ਕਿੰਨੀ ਕੁ ਲੋਕਾਂ ਦੀ ਨਫ਼ਰੀ ਵੱਧ ਗਈ ਹੈ ਹਾਂਜੀ ਹਾਂਜੀ ਸਲਾਵਾਂ ਲੈਣ ਵਾਲਿਆਂ ਦੀ ਮੇਰੇ ਬਹੁਤ ਸਾਰੇ ਇੰਟਰਨੈਸ਼ਨਲ ਕਲਾਇੰਟਸ ਐਂਡ ਪੇਸ਼ੈਂਟਸ ਹੈਗੇ ਜਿਹੜੇ ਬਾਰ ਬਾਰ ਮੈਨੂੰ ਫੋਨ 'ਤੇ ਕਹਿੰਦੇ ਆ ਕਿ ਹੁਣ ਚੀਜ਼ ਆਪਾਂ ਬਾਹਰ ਜਾਣਾ ਵੀ ਬੰਦ ਕਰਤਾ ਹੋਇਆ ਬਿਕੋਜ਼ ਸਾਡੀ ਕੰਟਰੀ ਦੇ ਵਿੱਚ ਅਲਾਅ ਨਹੀਂ ਹੈਗਾ ਅਤੇ ਜੋ ਮੈਨੂੰ ਤੁਸੀਂ ਖਾਣ ਲਈ ਸਾਨੂੰ ਦੇ ਰਹੇ ਹੋ ਸਾਡੇ ਕੋਲ ਗਰੋਸਰੀ ਬੜੀ ਲਿਮਿਟਿਡ ਹੈਗੀ ਹੈ ਤਾਂ ਉਸ ਅਕੋਰਡਿੰਗਲੀ ਸਾਨੂੰ ਡਾਇਟ ਪਲਾਨ ਬਣਾ ਕੇ ਦਿਓ ਤਾਂ ਕਿ ਆਪਾਂ ਉਸ ਅਕੋਰਡਿੰਗਲੀ ਖਾਈਏ ਐਂਡ ਹੁਣ ਲੋਕਾਂ ਦੇ ਵਿੱਚ ਇੰਨੀ ਕੌਨਸ਼ੀਅਸਨੈਸ ਆ ਗਈ ਹੈ ਕਿ ਪਹਿਲੇ ਲੋਕ ਜਾਂਦੇ ਹੁੰਦੇ ਸੀ ਡਾਇਟੀਸ਼ੀਅਨ ਕੋਲ ਕਿ ਸਾਨੂੰ ਵੇਟ ਲੋਸ ਕਰਾ ਦਿਓ ਜੀ ਸਿਰਫ ਵੇਟ ਲੋਸ ਬਾਰੇ ਆਹ ਚੀਜ਼ਾਂ ਦੱਸੋ ਕਿ ਸਾਡਾ ਵੇਟ ਲੋਸ ਹੋ ਜਾਵੇ ਨਾਓ ਦੇ ਆਰ ਗੈਟਿੰਗ ਕੌਨਸ਼ੀਅਸ ਅਬਾਊਟ ਦ ਥਿੰਗ ਉਹ ਚੀਜ਼ਾਂ ਦੱਸੋ ਕਿ ਸਾਡੀ ਇਮਿਊਨਿਟੀ ਬੂਸਟ ਹੋ ਜਾਏ ਕਿ ਅੱਗੇ ਜਾ ਕੇ ਸਾਨੂੰ ਇਹ ਪ੍ਰੋਬਲਮਸ ਕੈਚ ਨਾ ਕਰਨੀਆਂ ਪੈਣ ਸੋ ਮਤਲਬ ਲਿਟਲ ਕੌਨਸ਼ੀਅਸਨੈਸ ਮੈਨੂੰ ਲੱਗਦਾ ਕਿ ਰੱਬ ਨੇ ਕਿ ਡੰਡਾ ਛੱਡਿਆ ਆਪਣਾ ਕਿ ਹੁਣ ਤੁਸੀਂ ਆਪਣੇ ਆਪ ਨੂੰ ਥੋੜ੍ਹਾ ਅਵੇਅਰ ਹੋ ਜਾਓ ਆਲਦੋ ਸਾਡਾ ਵੀ ਕੋਈ ਟਾਰਗੇਟ ਸੀ ਵੇਟ ਲੋਸ ਤਾਂ ਨਹੀਂ ਰਹਿੰਦਾ ਸੀ ਹਮੇਸ਼ਾ ਆਪਾਂ ਗੱਲ ਕਰਦੇ ਸੀ ਕਿ ਤੁਸੀਂ ਲਾਈਫ ਸਟਾਈਲ ਚੇਂਜ ਕਰੋ ਐਂਡ ਲਾਈਫ ਸਟਾਈਲ ਚੇਂਜ ਕਰਨ ਦਾ ਮਤਲਬ ਇਹ ਹੁੰਦਾ ਕਿ ਆਪਣੀ ਬਾਡੀ ਵਿੱਚ ਇਮਿਊਨਿਟੀ ਨੂੰ ਬੂਸਟ ਕਰੋ ਅਤੇ ਲੋਕ ਹੁਣ ਜ਼ਿਆਦਾ ਕੌਨਸ਼ੀਅਸ ਹੋ ਰਹੇ ਨੇ ਕਿ ਆਪਾਂ ਉਹ ਕੀ ਚੀਜ਼ਾਂ ਖਾਈਏ ਜਿਸ ਕਰਕੇ ਇਮਿਊਨਿਟੀ ਬੂਸਟ ਹੋਏ ਫੈਮਲੀ ਵਿੱਚ ਉਹ ਚੀਜ਼ਾਂ ਕਿਹੜੀਆਂ ਯੂਜ਼ ਹੋਣ ਜਿਹੜੀਆਂ ਲਾਈਫ ਲੌਂਗਲੀ ਉਹ ਸਸਟੇਨ ਕਰ ਸਕਣ ਤਾਂ ਗ੍ਰੈਜੂਅਲੀ ਹੁਣ ਉਹ ਕੌਨਸ਼ੀਅਸਨੈਸ ਆਉਣੀ ਸਟਾਰਟ ਹੋ ਗਈ ਹੈ ਤਾਂ ਡੈਫੀਨੇਟਲੀ ਇਟਸ ਨੋਟ ਅਬਾਊਟ ਕਿ ਹੁਣੇ ਹੀ ਇੰਨਾ ਸਿਰਫ ਕਰੋਨਾ ਵਾਇਰਸ ਕਰਕੇ ਵੀ ਹੌਲੀ ਹੌਲੀ ਕਰਕੇ ਹੈਲਥ ਕੌਨਸ਼ੀਅਸਨੈਸ ਵੀ ਆ ਰਹੀ ਹੈ ਲੋਕਾਂ ਦੇ ਵਿੱਚ ਜੀ ਇੱਕ ਸਵਾਲ ਮੈਂ ਜ਼ਰੂਰ ਹੋਰ ਪੁੱਛਾਂਗੀ ਡਾਇਟ ਤਾਂ ਬੜੀ ਜ਼ਰੂਰੀ ਹੈ ਸਾਡੇ ਸਰੀਰ ਦੇ ਲਈ ਮਨ ਦੇ ਲਈ ਕੀ ਕਿਉਂਕਿ ਪੈਨਿਕ ਹੈ ਜਿਹੜਾ ਉਹ ਦਿਮਾਗ ਦੇ ਵਿੱਚ ਹੈ ਉਹਦੇ ਲਈ ਕੀ ਜ਼ਰੂਰੀ ਬਿਲਕੁਲ ਦੇਖੋ ਜਿਵੇਂ ਦਾ ਖਾਓਗੇ ਜਿਵੇਂ ਦਾ ਅੰਨ ਹੋਏਗਾ ਉਵੇਂ ਦਾ ਮਨ ਹੋਏਗਾ ਹੈ ਨਾ ਅਤੇ ਆਪਾਂ ਜਿਵੇਂ ਦਾ ਕਲੀਨ ਈਟਿੰਗ ਕਰਦੇ ਹਾਂ ਜਿੰਨਾ ਆਪਾਂ ਸਾਫ਼ ਸੁਥਰਾ ਖਾਂਦੇ ਹਾਂ ਉਨਾ ਜ਼ਿਆਦਾ ਸਾਡਾ ਜਿਹੜਾ ਮਾਇੰਡ ਜਿਹੜਾ ਉਹ ਰਿਲੈਕਸ ਰਹਿੰਦਾ ਹੁਣ ਜਿੰਨਾ ਆਪਾਂ ਬਾਡੀ ਨੂੰ ਆਪਣਾ ਹਾਰਸ਼ ਈਟਿੰਗ ਕਰਦੇ ਹਾਂ ਜਿੰਨਾ ਜ਼ਿਆਦਾ ਆਪਾਂ ਕਹਿੰਦੇ ਹਾਂ
ਕਿ ਟੋਕਸਿਸਿਟੀ ਵਾਲਾ ਖਾਣਾ ਖਾਂਦੇ ਹਾਂ, ਉਹੀ ਸਾਡੀ ਬੋਡੀ ਦੇ ਵਿੱਚ ਸਾਡਾ ਸਟ੍ਰੈਸ ਲੈਵਲ ਜ਼ਿਆਦਾ ਇਨਕਰੀਜ਼ ਕਰਦਾ ਹੈਗਾ। ਖਾਣ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਤੁਹਾਡੀ ਮਾਈਂਡ ਨੂੰ ਰਿਲੈਕਸ ਕਰਦੀਆਂ ਨੇ, ਜਿਹੜੀ ਕਲੋਰੋਫਿਲ ਰਿਚ ਹੁੰਦੀਆਂ ਨੇ, ਜਿਵੇਂ ਪਲਾਂਟ ਬੇਸ ਮੈਂ ਤੁਹਾਨੂੰ ਗੱਲ ਕੀਤੀ, ਫਰੂਟਸ ਹੋ ਗਏ, ਵੈਜੀਜ਼ ਹੋ ਗਏ, ਉਹ ਸਾਡੇ ਆਪਣੇ ਆਪ ਹੀ ਹਾਰਮੋਨਸ ਇੱਦਾਂ ਦੇ ਰੱਖਦੇ ਹਾਂ ਕਿ ਉਹ ਕਲੀਨ ਈਟਿੰਗ ਦੇ ਨਾਲ ਤੁਹਾਡਾ ਗੱਟ ਹੈਲਥ ਜਿਹੜੀ ਉਹ ਸਟਰੋਂਗ ਹੋ ਜਾਂਦੀ, ਤੁਹਾਡਾ ਮਾਈਂਡ ਰਿਲੈਕਸ ਹੋਣਾ ਸਟਾਰਟ ਹੋ ਜਾਂਦਾ ਹੈ। ਜੇ ਤੁਸੀਂ ਐਂਗਜ਼ਾਇਟੀ ਐਂਗਰ ਫੀਲਿੰਗ ਦੇ ਨਾਲ ਅਨਹੈਲਦੀ ਮੂਡ ਦੇ ਨਾਲ ਕੋਈ ਵੀ ਚੀਜ਼ ਖਾਣ ਲਈ ਚੱਕੋਗੇ ਨਾ, ਤੁਹਾਡੇ ਅੰਦਰ ਉਹ ਡਾਈਜੈਸਟ ਹੀ ਨਹੀਂ ਹੋਣੀ, ਉਹ ਇਮਿਊਨਿਟੀ ਬਣਨੀ ਨਹੀਂ ਹੈ ਤੁਹਾਡੇ ਅੰਦਰ। ਅਤੇ ਇਸ ਲਈ ਖਾਣਾ ਪਕਾਉਣ ਦੇ ਟਾਈਮ 'ਤੇ ਅਤੇ ਖਾਣਾ ਖਾਣ ਦੇ ਟਾਈਮ 'ਤੇ ਤੁਹਾਡਾ ਜਿਵੇਂ ਦੇ ਤੁਹਾਡਾ ਮਨ ਦਾ ਜਿਵੇਂ ਦਾ ਤੁਹਾਡਾ ਹੋਏਗਾ ਇੱਕ ਸਿਚੁਏਸ਼ਨ ਹੋਏਗੀ, ਉਸ ਅਕੋਰਡਿੰਗਲੀ ਤੁਸੀਂ ਰਿਐਕਟ ਕਰਦੇ ਹੋ। ਅਤੇ ਖਾਣਾ ਵੀ ਜਿਹੜਾ ਕਲੀਨ ਈਟਿੰਗ ਦੇ ਨਾਲ ਜੋ ਤੁਸੀਂ ਖਾਂਦੇ ਹੋ, ਤੁਹਾਡਾ ਬੋਡੀ ਜਿਹੜੀ ਹੈ ਰਿਲੈਕਸ ਕਰਕੇ ਤੁਸੀਂ ਉਸ ਤਰੀਕੇ ਦਾ ਬੋਲਦੇ ਵੀ ਹੋ। ਸੋ ਖਾਣਾ ਐਂਡ ਵਨ ਮੋਸਟ ਇੰਪੋਰਟੈਂਟ ਪਾਰਟ, ਜਿਵੇਂ ਦੀ ਸੋਰਸਿਸ ਦੇ ਵਿੱਚੋਂ ਮਤਲਬ ਕਿੱਦਾਂ ਦੀ ਕਿਰਤ ਕਰਕੇ ਤੁਸੀਂ ਕੋਈ ਖਾਣਾ ਘਰ 'ਚ ਬਣਾ ਰਿਹਾ ਹੋਏਗਾ, ਉਹ ਵੀ ਚੀਜ਼ਾਂ ਤੁਹਾਡੇ ਮਨ ਅਤੇ ਤਨ ਦੇ ਉੱਤੇ ਜਿਹੜੀਆਂ ਇਫੈਕਟ ਕਰਦੀਆਂ ਹੈਗੀਆਂ। ਅਤੇ ਇਟਸ ਆਲ ਅਬਾਊਟ ਕਿ ਪੂਰੇ ਦਿਨ ਦੇ ਵਿੱਚ ਤੁਸੀਂ ਕਿਸੇ ਨਾਲ ਕਿੱਦਾਂ ਬੋਲਦੇ ਹੋ, ਤੁਹਾਡਾ ਮਾਈਂਡ ਕਿਵੇਂ ਰਿਲੈਕਸ ਚੱਲ ਰਿਹਾ ਹੈਗਾ, ਤੁਸੀਂ ਕਿੰਨਾ ਮੈਡੀਟੇਸ਼ਨ ਵੱਲ ਜਾਂਦੇ ਹੋ, ਉਹ ਸਭ ਚੀਜ਼ਾਂ ਤੁਹਾਡੇ ਮਾਈਂਡ ਨੂੰ ਰਿਲੈਕਸ ਕਰਦੀਆਂ ਹੈਗੀਆਂ। ਇਟਸ ਆਲ ਇੰਟਰ ਰਿਲੇਟਡ ਐਕਚੁਅਲੀ। ਜੀ ਬਿਲਕੁਲ ਸੋ ਲਵਲੀਨ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ, ਬਹੁਤ ਵਧੀਆ ਲੱਗਿਆ। WHO ਨੇ ਮਹਾਮਾਰੀ ਦਾ ਐਲਾਨ ਕੀਤਾ ਹੈ ਤਾਂ ਬਿਲਕੁਲ ਬਿਨਾਂ ਸ਼ੱਕ ਖਤਰੇ ਦੀ ਘੰਟੀ ਹੈ ਪੂਰੀ ਦੁਨੀਆ ਦੇ ਲਈ। ਉਹਨਾਂ ਨੇ ਕਿਹਾ ਐਵਰੀਵਨ ਐਵਰੀਵੇਅਰ ਇਟਸ ਮਹਾਮਾਰੀ, ਸੋ ਸਾਰਿਆਂ ਨੂੰ ਧਿਆਨ ਰੱਖਣ ਦੀ ਲੋੜ ਹੈ। ਜਿਸ ਤਰ੍ਹਾਂ ਲਵਲੀਨ ਨੇ ਸਾਨੂੰ ਬਹੁਤ ਸੋਹਣੀਆਂ ਗੱਲਾਂ ਦੱਸੀਆਂ ਨੇ ਕਿ ਲਵਲੀਨ ਇੱਕ ਕੁਐਸਚਨ ਮੇਰੇ ਮਨ 'ਚ ਹੁਣੇ ਫੇਰ ਆ ਗਿਆ ਕਿ ਇਹ ਵੀ ਚੀਜ਼ਾਂ ਇਫੈਕਟ ਕਰਦੀਆਂ ਨੇ ਕਿ ਤੁਸੀਂ ਘਰ ਦਾ ਖਾਓ ਬਾਹਰ ਦਾ ਨਾ ਖਾਓ। ਹਾਂਜੀ ਬਿਲਕੁਲ, ਦੇਖੋ ਬਾਹਰਲੇ ਖਾਣੇ ਦੇ ਵਿੱਚ ਬੇਸਿਕਲੀ ਹੁੰਦਾ ਕਿ ਹਾਈਜੀਨਿਕ ਕੰਡੀਸ਼ਨ ਹੁੰਦੀ ਨਹੀਂ। ਹੁਣ ਆਪਾਂ ਮੇਨ ਜਿਹੜਾ ਕਰੋਨਾ ਵਾਇਰਸ ਦੇ ਵਿੱਚ ਆਪਾਂ ਪਰਸਨਲ ਹਾਈਜੀਨ ਆਪਣੇ ਖਾਣ ਪੀਣ ਦੇ ਵਿੱਚ ਅਤੇ ਆਪਣੇ ਰਹਿਣ ਸਹਿਣ ਦੇ ਵਿੱਚ ਆਪਾਂ ਹੱਥ ਧੋ ਕੇ ਹਮੇਸ਼ਾ ਖਾ ਰਹੇ ਹਾਂ, ਅਤੇ ਬਾਹਰਲੇ ਖਾਣੇ 'ਚ ਸਾਨੂੰ ਵੀ ਆਰ ਨੋਟ ਸ਼ੋਰ ਕਿ ਕਿੱਥੋਂ ਕੀ ਸੋਰਸਿਸ ਆ ਰਹੇ ਹਨ। ਜਦ ਬੈਸਟ ਸੋਰਸਿਸ ਰਹੇਗਾ ਜਿਹੜਾ ਆਪਾਂ ਘਰ ਦਾ ਖਾਣਾ ਪ੍ਰੋਪਰਲੀ ਵਾਸ਼ ਕਰਕੇ ਅਤੇ ਆਪਾਂ ਕਲੀਨ ਕਰਕੇ ਖਾ ਰਹੇ ਹਾਂ, ਅਤੇ ਜਿੰਨਾ ਜ਼ਿਆਦਾ ਹੋ ਸਕੇ ਇਹਨਾਂ ਕਰੋਨਾ ਵਾਇਰਸ ਦੇ ਟਾਈਮ ਤੱਕ ਤਾਂ ਮੈਂ ਡੈਫੀਨੇਟਲੀ ਕਹਾਂਗੀ ਕਿ ਜਿੰਨਾ ਆਪਾਂ ਆਊਟਸਾਈਡ ਮੀਲ ਸੀਰਾ ਅਵੋਇਡ ਕਰ ਸਕੀਏ। ਜੀ ਬਹੁਤ ਧੰਨਵਾਦ, ਸੋ ਆਸ ਕਰਦੇ ਹਾਂ ਕਿ ਤੁਸੀਂ ਇਹਨਾਂ ਸਾਰੀਆਂ ਗੱਲਾਂ 'ਤੇ ਬਹੁਤ ਚੰਗੇ ਤਰੀਕੇ ਦੇ ਨਾਲ ਧਿਆਨ ਦੇਵੋਗੇ। ਜਿੰਨਾ ਅਸੀਂ ਬਹੁਤ ਜ਼ਿਆਦਾ ਸੁਣਦੇ ਹਾਂ ਜਾਂ ਹਰ ਕਿਸੇ ਨੂੰ ਸੁਣ ਕੇ ਉਸੇ ਨੂੰ ਫੋਲੋ ਕਰਨ ਲੱਗ ਜਾਂਦੇ ਹਾਂ, ਉਹਨਾਂ ਚੀਜ਼ਾਂ ਤੋਂ ਅਸੀਂ ਬਚੀਏ, ਸਿਆਣਪ ਦੇ ਨਾਲ ਕੰਮ ਕਰੀਏ, ਪਰਹੇਜ਼ ਰੱਖੀਏ ਅਤੇ ਖਾਸ ਤੌਰ 'ਤੇ ਘਰ ਦਾ ਖਾਈਏ, ਸਾਫ਼ ਸੁਥਰਾ ਖਾਈਏ, ਆਪਣੀ ਸੋਚ ਨੂੰ ਸਹੀ ਰੱਖੀਏ। ਵੀਡੀਓ ਜਰਨਲਿਸਟ ਦਿਲਪ੍ਰੀਤ ਸਿੰਘ ਦੇ ਨਾਲ ਹਰਸ਼ਰਨ ਕੌਰ ਦਾ ਖਾਲਸ ਟੀਵੀ ਲਈ ਚੰਡੀਗੜ੍ਹ ਤੋਂ ਖਾਸ ਰਿਪੋਰਟ।